ਤਸਕਰ ਕਰਦੇ ਆ। ਉਹਨਾਂ ਨੇ ਕਿਹਾ ਸੀਗਾ ਕਿ ਵਿਕਰਮ ਜੁਟੀਆ ਦੇ ਵਿੱਚ ਰਿਪੋਰਟ ਲੀਕ ਵੀ ਹੋਈ ਆ, ਤੁਸੀਂ ਮੀਡੀਆ ਦੀ ਵੀ ਆਈ ਆ, ਸੋਸ਼ਲ ਮੀਡੀਆ ਦੀ ਵੀ ਆਈ, ਉਹਦੇ 'ਤੇ ਲਿਖਿਆ ਹੋਇਆ ਵੀ ਇਹਦੇ ਖਿਲਾਫ ਪੁਲਿਸ ਦੀ ਕਾਰਵਾਈ ਕਰਨੀ ਬਣਦੀ ਆ, ਇਹਦੇ ਖਿਲਾਫ ਕੇਸ ਰਜਿਸਟਰ ਕਰਨਾ ਬਣਦਾ। ਮੁੱਖ ਮੰਤਰੀ ਦੇ ਮੂੰਹ ਤੋਂ ਸੁਣਨਾ ਚਾਹੁੰਦੇ ਵੀ ਐਸ ਟੀ ਐਫ ਦੀ ਰਿਪੋਰਟ ਕੀ ਆ, ਉਹਨੂੰ ਪਬਲਿਕ ਕਰ, ਉਹ ਕਰਾਈ ਕਾਹਦੇ ਵਾਸਤੇ ਸੀ? ਜਿੰਨੀਆਂ ਵੀ ਜਿੰਨੀਆਂ ਵੀ ਰਿਪੋਰਟਾਂ ਆ ਚੁੱਕੀਆਂ, ਜਦੋਂ ਇਹਨਾਂ ਨੇ ਕੋਈ ਐਸ ਟੀ ਐਫ ਬਣਾਈ ਉਹਦੀ ਰਿਪੋਰਟ ਆ ਗਈ, ਉਹ ਬਣਾਉਣ ਦਾ ਮਕਸਦ ਕੀ ਸੀ? ਉਹ ਦੱਸਣਾ ਵੀ ਇਹਦੀ ਇਹ ਰਿਪੋਰਟ ਹੈ, ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਅਸੀਂ ਉਹਨੂੰ ਕਹਿ ਕੇ ਵੀ ਆਏ ਹਾਂ, ਉਹਨਾਂ ਨੇ ਪ੍ਰਿੰਸੀਪਲ ਨੂੰ ਐਗਰੀ ਵੀ ਕੀਤਾ। ਬਿਲਕੁਲ ਹੈਗੇ ਆ ਜੀ, ਬਿਲਕੁਲ ਹੈਗੇ, ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਜਦੋਂ ਪਹਿਲਾਂ ਵੀ ਆਏ ਸੀ ਤਾਂ ਕੈਪਟਨ ਸਾਹਿਬ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ, ਉਦੋਂ ਵੀ ਚਿੱਠੀ ਲਿਖੀ ਸੀ ਕਿ ਇਹਦੇ ਉੱਤੇ ਸੀ ਬੀ ਆਈ ਇਨਕੁਆਇਰੀ ਦੀ ਲੋੜ ਨਹੀਂ, ਤਾਂ ਹੁਣ ਖੁਦ ਵੀ ਉਹ ਇਹ ਕੰਮ ਕਰ ਰਹੇ। ਉਹ ਸ਼ਗੁਫੇ ਦੇ ਵਿੱਚ ਸ਼ਾਮਲ ਨਹੀਂ ਹੋਏ, ਉਹਨਾਂ ਨੇ ਕਿਹਾ ਵੀ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਆ ਪੁਲਿਸ ਹੈ, ਬਾਕੀ ਜਿਹੜੇ ਤੁਹਾਡੇ ਖਿਲਾਫ ਕੇਸ ਹੋਏ ਪਹਿਲੇ ਦਿਨ ਤ੍ਰਿਪਤ ਰਜਿੰਦਰ ਬਾਜਵਾ ਤੇ ਅਮਨ ਅਰੋੜਾ ਨੇ ਕਰਾਇਆ ਸੀ ਜੀ। ਤ੍ਰਿਪਤ ਰਜਿੰਦਰ ਬਾਜਵਾ ਦਾ ਨਹੀਂ ਹੋਇਆ ਸੀ? ਨਹੀਂ ਨਹੀਂ, ਕੁਮਾਰ ਗਏ ਸੀ, ਅਮਨ ਅਰੋੜਾ ਦਾ ਹੋ ਗਿਆ। ਨਹੀਂ ਉਹ ਕਿਉਂ ਨਹੀਂ ਹੋਇਆ ਉਹਨਾਂ ਦਾ ਤ੍ਰਿਪਤ? ਨਹੀਂ ਉਹ ਕਿਤੇ ਵੀ ਕਰਨ ਹੋਇਆ, ਮੈਂ ਇਹ ਕਹਿ ਰਿਹਾ ਕਿ ਜਿਹੜੀ ਸ਼ਗੁਫੇ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਨਾ, ਉਹ ਪਹਿਲੇ ਦਿਨ ਵੈਰੀ ਫਸਟ ਡੇ ਤੁਹਾਡੇ ਐਮਐਲਏ ਗਏ ਸੀਗੇ, ਜ਼ਿਆਦਾਤਰ ਬੀਜੇਪੀ ਅਕਾਲੀ ਦਲ ਸ਼ਾਇਦ ਤੱਕ ਪਹੁੰਚਿਆ ਨਹੀਂ, ਪਰ ਤ੍ਰਿਪਤ ਰਜਿੰਦਰ ਬਾਜਵਾ ਦੇ ਨਾਲ ਤੁਹਾਡੇ ਐਮਐਲਏ ਅਮਨ ਅਰੋੜਾ ਹੀ ਗਏ ਸੀ। ਉਹ ਮੈਂ ਤੁਹਾਨੂੰ ਦੱਸਿਆ ਨਾ ਉਹਨਾਂ ਦਾ ਜਿਹੜਾ ਉਹਨਾਂ ਦਾ ਵਿਊ ਪੁਆਇੰਟ ਸੀਗਾ, ਉਹ ਇਹ ਵਿਊ ਪੁਆਇੰਟ ਸੀਗਾ ਕਿ ਜੇ ਤੁਸੀਂ ਕਰਮਚਾਰੀਆਂ ਦੇ ਪਹਿਲਾਂ ਜਿਹੜੇ ਪੋਲੀਟੀਸ਼ੀਅਨ ਹੈ ਦੇ ਸ਼ੁੱਡ ਲੀਡ ਬਾਈ ਐਗਜ਼ਾਮਪਲ, ਉਹਨਾਂ ਨੂੰ ਆਪਣਾ ਕਰਨਾ ਚਾਹੀਦਾ। ਇਹ ਉਹਨਾਂ ਦਾ ਇੱਕ ਸਰ ਸਾਫ ਜੀ ਗੱਲ ਆ ਵੀ ਜਿਹੜੇ ਬੰਦੇ ਨੂੰ ਪਤਾ, ਹੁਣ ਮੈਂ ਕੋਈ ਨਸ਼ਾ ਨਹੀਂ ਕਰਦਾ, ਮੈਂ ਜਿੱਥੇ ਮਰਜ਼ੀ ਕਰਾਉਣਾ ਜਾ ਕੇ, ਉਹਦਾ ਕੋਈ ਮੇਨ ਨਹੀਂ ਬਣਦਾ ਵੀ ਖੁਦ ਬੰਦਾ ਜਾ ਕੇ ਕਰਾਵੇ। ਜੇ ਕਿਸੇ ਕੋਈ ਦੋਸ਼ ਲੱਗਦਾ ਉਹ ਕਹੇ ਮੈਂ ਅਰਜ਼ੀ ਕਰਾਉਣ ਨੂੰ ਤਿਆਰ ਹਾਂ, ਫਿਰ ਤਾਂ ਗੱਲ ਹੈ। ਇਹ ਤਾਂ 6 ਮਹੀਨੇ ਬਾਅਦ ਵੀ ਕੋਈ ਕਰਾ ਲਿਆ ਜਿਹਨੇ ਇੱਦਾਂ ਸ਼ੌਕ ਫੋਟੋਆਂ ਲਵਾਉਣੀਆਂ ਨੇ, ਹੁਣ ਕੋਈ ਫੋਟੋ ਨਹੀਂ। ਮੈਂ ਫਿਰ ਰਿਪੀਟ ਕਰਦਾ ਵੀ ਇਸ ਚੀਜ਼ ਦਾ ਚਾਹੇ ਇਹ ਹੈ ਜਾਂ ਡੈਟ ਹੈ, ਪਰ ਤੁਹਾਡੀ ਪਾਲਟੀ ਵੀ ਕਿਤੇ ਨਾ ਕਿਤੇ ਗਲਤ ਚੱਲ ਰਹੀ ਹੈ ਇਸ ਮਸਲੇ ਤੇ। ਨਹੀਂ ਨਹੀਂ, ਗਲਤ ਹੀ ਚੱਲ ਰਹੀ ਹੈ, ਸਾਡਾ ਤਾਂ ਕਲੀਅਰ ਸਟੈਂਡ ਹੈ ਕਿ ਸੀ ਬੀ ਆਈ ਇਨਕੁਆਇਰੀ ਕਰਾਓ, ਉਹਦੇ ਚ ਕੀ ਗਲਤ ਹੈ? ਜਿਹੜੇ ਆਹ ਦੋ ਟੈਸਟ ਦੇ ਮਾਮਲੇ ਤੇ ਤੁਹਾਡੀ ਵੀ ਤਾਂ ਤੁਹਾਡੀ ਇੱਕ ਰਾਏ ਹੈਗੀ ਹੈ ਦੋ ਟੈਸਟ, ਤੁਹਾਡੀ ਰਾਏ ਕਲੀਅਰ ਹੈ ਕਿ ਜੇ ਇਹ ਕਹਿੰਦੇ ਆ ਕਰਾਓ, ਅਸੀਂ ਸਾਰੇ ਕਰਾਉਣ ਨੂੰ ਤਿਆਰ ਹੈ, ਲੇਕਿਨ ਇਹ ਸਮੱਸਿਆ ਦਾ ਹੱਲ ਨਹੀਂ ਹੈ। ਲਾਗੂ ਕਰੋ, ਇੱਕ ਹੈਲਪਲਾਈਨ ਨੰਬਰ ਜਾਰੀ ਕਰੋ, ਜਿਹੜੇ ਜਿਹੜੇ ਐਕਚੁਅਲ ਕਰਨ ਵਾਲੇ ਕੰਮ ਆ ਕਰੋ। ਪਾਰਲੀਮੈਂਟ ਦੀ ਇਲੈਕਸ਼ਨ ਉਹਦੇ ਸਬੰਧ ਵਿੱਚ ਸਾਰੇ ਇਲਾਕੇ ਬਿਲਕੁਲ ਰੈਗੂਲਰਲੀ।
ਰਿਸਕੀ ਹੈਗਾ ਦਿੱਲੀ ਵਾਲਿਆਂ ਲੀਡਰਾਂ ਨੂੰ ਪੰਜਾਬ ਦੇ ਵਿੱਚ ਐਂਟੀ ਡਰੱਗ ਕੈਂਪੇਨ 'ਚ ਸ਼ਾਮਲ ਕਰਨਾ? ਮਤਲਬ ਕਿਸ ਢੰਗ ਦੇ ਨਾਲ ਕਿਹੜੀ ਕਿਹੜੀ ਗਰਾਊਂਡ ਦੇ ਉੱਤੇ ਕਰ ਪਾਉਂਗੇ? ਮੈਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਕੀ ਰਿਸਕ ਲੱਗਦਾ। ਸਾਡੀ ਜਿਹੜੀ ਪਾਰਟੀ ਹੈ ਉਹ ਨੈਸ਼ਨਲ ਲੈਵਲ 'ਤੇ ਡਰੱਗਸ ਦੇ ਖਿਲਾਫ਼ ਉਹ ਦਿੱਲੀ ਚਾਰੇ ਪੰਜਾਬ ਕਿਤੇ ਵੀ ਦੇਸ਼ ਦੇ ਵਿੱਚ ਕਿਤੇ ਵੀ ਦੇਸ਼ ਦੇ ਵਿੱਚ ਸਾਡੀ ਕੋਈ ਪਾਰਟੀ ਜਿਹੜੀ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਕੇ ਟੈਕਸ ਕਰਦੀ ਹੈ, ਸਾਡੀ ਸਟ੍ਰੈਟਜੀ ਕੋਈ ਪਾਰਟੀ ਹੈ ਕੋਈ ਸਟ੍ਰੈਟਜੀ ਹੈ। ਐਨਜੀਓ ਔਰ ਆਮ ਆਦਮੀ ਪਾਰਟੀ ਬਹੁਤ ਦੇਰ ਤੋਂ ਲੜਾਈ ਕਰਦੀ ਸੀ। ਐਨਜੀਓ ਨੇ ਕਾਲ ਦਿੱਤੀ ਸੀ, ਇੱਕ ਹਫ਼ਤਾ ਬਣਾਇਆ ਸੀ ਉਹਨਾਂ ਨੇ ਜਿਹੜਾ ਚਿੱਟੇ ਦੇ ਖਿਲਾਫ਼ ਕਾਲਾ ਹਫ਼ਤਾ ਜਿਹੜਾ, ਉਹਦੇ ਵਿੱਚ ਸਾਡੀ ਪਾਰਟੀ ਨੇ ਵੀ ਪੂਰਾ ਸਹਿਯੋਗ ਕੀਤਾ। ਉਹ ਸਾਡੀ ਜਿਹੜੀ ਪਾਰਟੀ ਹੈ ਬਿਲਕੁਲ ਸਾਡਾ ਯੂਥਮੈਨ ਪਹਿਲਾਂ ਵੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਐਸ ਐਸ ਪੀ ਦਾ ਦਫ਼ਤਰ ਜਿੱਥੇ ਕਿਤੇ ਡਰੱਗ ਰਿਲੇਟਡ ਡੈਥ ਹੋ ਗਈਆਂ, ਜੋ ਪੰਜਾਬ ਦੇ ਵਿੱਚ ਐਪੀਡੈਮਿਕ ਪ੍ਰਪੋਰਸ਼ਨ ਕਿ ਰੋਜ਼ ਦੋ ਜਾਂ ਤਿੰਨ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ ਮੁੰਡਿਆਂ ਦੀ ਨੌਜਵਾਨਾਂ ਦੀ ਨਸ਼ੇ ਕਰਕੇ ਮੌਤ ਹੋ ਰਹੀ ਆ, ਉਹਨਾਂ ਨੂੰ ਲੈ ਕੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਯੂਥ ਵੇਲ ਆਪਣੀ ਇੱਕ ਕੰਪੇਨ ਚਲਾਏਗੀ, ਉੱਨੀ ਦੇਰ ਚਲਾਏਗੀ ਜਿੰਨੀ ਦੇਰ ਪੰਜਾਬ 'ਚੋਂ ਨਸ਼ੇ ਖਤਮ ਹੋਣਗੇ। ਹੱਲਾ ਬੋਲ ਮੁਹਿੰਮ ਇਹਨਾਂ ਦੇ ਨਾਂ ਦਿੱਤਾ, ਉਹਦਾ ਹੱਲਾ ਬੋਲ ਮੁਹਿੰਮ ਹੈ। ਕਿਸੇ ਕਿਤੇ ਵੀ ਨਸ਼ੇ ਕਰਕੇ ਮੌਤਾਂ ਹੋਣਗੀਆਂ ਉੱਥੇ ਐਸ ਐਸ ਪੀ ਦਫ਼ਤਰ ਨੂੰ ਘੇਰਿਆ ਜਾਏਗਾ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਪੁਲਿਸ ਦੀ ਮਿਲੀ ਭਗਤ ਤੋਂ ਬਗੈਰ ਹੈ ਉਹ ਨਸ਼ਿਆਂ ਦੀ ਜਿਹੜੀ ਵਿਕਰੀ ਉਹ ਨਹੀਂ ਹੋ ਸਕਦੀ। ਪੁਲਿਸ ਇਨਵੋਲਵਡ ਹੈ, ਇਹ ਗੱਲ ਸਾਹਮਣੇ ਆਈ ਹੈ, ਡੀ ਐਸ ਪੀ ਨੂੰ ਹੁਣੇ ਡਿਸਮਿਸ ਵੀ ਕੀਤਾ, ਇੰਸਪੈਕਟਰ ਚਾਹ ਐਸ ਪੀ ਉਹ ਬਣਿਆ ਕਿਸੇ ਕਿਸੇ ਕਰਕੇ। ਅਸੀਂ ਜਿਹੜਾ ਪੁਲਿਸ ਨੂੰ ਔਰ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਇਹਦੇ 'ਚ ਬਣੇ ਹੋਏ ਆ, ਜਿੰਨੀ ਦੇਰ ਜਿਹੜੇ ਵੱਡੇ ਮਗਰਮੱਛ ਨਹੀਂ ਫੜੇ ਜਾਂਦੇ ਉੱਨੀ ਦੇਰ ਸਾਡੀ ਇਹ ਕੰਪੇਨ ਚੱਲੇਗੀ। किस तरह से ये जो है मिशन आपका चलेगा, जो आप हल्ला बोल कह रहे हैं कैंपेन करेंगे, कब से करेंगे और किस तरह से चलेगा? ਹੱਲਾ ਬੋਲ ਕੰਪੇਨ ਅਸੀਂ ਆਲਰੇਡੀ ਸ਼ੁਰੂ ਕੀਤੀ ਹੋਈ ਹੈ। ਜਿਵੇਂ ਡਾਕਟਰ ਸਾਹਿਬ ਪਹਿਲਾਂ ਦੱਸ ਕੇ ਰੱਖਿਆ, ਜਿਵੇਂ ਪੰਜਾਬ 'ਚ ਜਿਹੜੀ ਮਰੋ ਜਾਂ ਗੁਰੂ ਤੁਰ ਕੰਪੇਨ ਜੋ ਹੋਈ ਸੀ ਉਹਦੇ ਨਾਲ ਅਸੀਂ ਇਹ ਐਲਾਨ ਕੀਤਾ ਸੀ ਕਿ ਜਿੱਥੇ ਵੀ ਪੰਜਾਬ 'ਚ ਕਿਸੇ ਪੰਜਾਬ ਦੇ ਪੁੱਤ ਦੀ ਨਸ਼ੇ ਕਰਕੇ ਮੌਤ ਹੋ ਗਈ ਉੱਥੇ ਅਸੀਂ ਐਸ ਐਸ ਪੀ ਦਫ਼ਤਰ ਦਾ ਘਿਰਾਓ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਤਰਨ ਤਾਰਨ ਦੇ ਐਸ ਐਸ ਪੀ ਦਾ ਘਿਰਾਓ ਕਰ ਚੁੱਕੇ ਹਾਂ ਅਤੇ ਹੁਣ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਜਿੰਨਾ ਟਾਈਮ ਪੰਜਾਬ 'ਚੋਂ ਨਸ਼ਾ ਖਤਮ ਨਹੀਂ ਹੁੰਦਾ ਇਹ ਜਿਹੜੀ ਸਾਡੀ ਹੱਲਾ ਦੋ ਨੌਜਵਾਨਾਂ ਦੀ ਨਸ਼ੇ ਕਰਕੇ ਮੌਤ ਹੋਈ ਹੈ। ਅਸੀਂ ਆਉਣ ਵਾਲੇ ਦਿਨਾਂ 'ਚ 12 ਤਰੀਕ ਨੂੰ ਅਸੀਂ ਐਸ ਐਸ ਪੀ ਦਫ਼ਤਰ ਫਰੀਦਕੋਟ ਦਾ ਘਿਰਾਓ ਕਰਾਂਗੇ। ਜਿਹੜੀ ਆਮ ਆਦਮੀ ਪਾਰਟੀ ਜਿਹੜੀ ਨਸ਼ੇ ਵਿਰੁੱਧ ਲੜਾ ਲੜ ਰਹੀ ਹੈ, ਅਸੀਂ ਇੱਕ ਜਿਵੇਂ ਸੋਸ਼ਲ ਮੀਡੀਆ ਤੁਸੀਂ ਦੇਖਿਆ ਹੋਣਾ ਇੱਕ ਬਬਲੂ ਨਾਮ ਦਾ ਜਿਹੜਾ ਕਿ ਨੌਜਵਾਨ ਸਾਡੇ ਕੋਲ ਆਇਆ, ਉਹਨੇ 7 ਬੰਦਿਆਂ ਦੇ ਨਾਮ ਡਿਸਕਲੋਜ਼ ਕੀਤੇ ਕਿ ਕਿਹੜੇ ਕਿਹੜੇ ਜਿਹੜੇ ਪੁਲਿਸ ਦੇ ਅਫਸਰ ਹੈ ਜਾਂ ਮਿਲੀ ਭੁਗਤ ਆਮ ਆਦਮੀ ਪਾਰਟੀ ਦੇ ਪ੍ਰੈਸ਼ਰ ਕਾਰਨ ਅੱਜ ਹੁਣੇ ਇਹ ਨਿਊਜ਼ ਆ ਰਹੀ ਹੈ ਕਿ ਉਹਨਾਂ 7 ਪੁਲਿਸ ਅਫਸਰਾਂ ਨੂੰ ਇਹ ਸਸਪੈਂਡ ਕਰ ਦਿੱਤਾ ਗਿਆ। ਇਸੇ ਕਰਕੇ ਜਿਹੜੀ ਅਸੀਂ ਹੱਲਾ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਜਿਹੜੀ ਕਿਉਂਕਿ ਪੁਲਿਸ ਦਾ ਬੜਾ ਵੱਡਾ ਰੋਲ ਹੈ ਜੇ ਕਿਤੇ ਪੰਜਾਬ 'ਚ ਨਸ਼ਾ ਵਿਕ ਰਿਹਾ ਹੈਗਾ, ਅਸੀਂ ਪੁਲਿਸ ਦੇ ਪ੍ਰੈਸ਼ਰ ਬਣਾਈ ਰੱਖਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਪੁਲਿਸ ਦੀ ਮਿਲੀ ਭੁਗਤ ਨਾ ਰਹੇ, ਪੁਲਿਸ ਜਿਹੜੀ ਹੈ ਉਹ ਕੇਵਲ ਪੰਜਾਬ 'ਚ ਨਸ਼ਾ ਰੋਕਣ ਲਈ ਕੰਮ ਕਰੇ। ਮਾਮਲੇ 'ਤੇ ਤੁਹਾਡਾ ਕੀ ਸਟੈਂਡ ਹੈ? ਦੇਖੋ ਜੇ ਡੋਪ ਟੈਸਟ ਕਰਨ ਨਾਲ ਨਸ਼ਾ ਖਤਮ ਹੁੰਦਾ ਹੋਵੇ ਤਾਂ ਮੈਂ 2 ਵਾਰੀ ਕਰਾਉਣ ਲਈ ਤਿਆਰ ਹਾਂ, 1 ਵਾਰ ਸਵੇਰੇ ਕਰ ਲਿਆ ਕਰਨ, 1 ਵਾਰ ਸ਼ਾਮ ਨੂੰ ਕਰ ਲਿਆ ਕਰ, ਪਰ ਇਹ ਕੋਈ ਹੱਲ ਨਹੀਂ ਹੈ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸਿਰਫ ਜਿਹੜੀ ਮੁੱਦੇ ਤੋਂ ਭਟਕਾਉਣ ਲਈ ਜਿਹੜੀ ਇਹ ਸਿਆਸਤ ਹੋ ਰਹੀ ਹੈ, ਅੱਜ ਤੁਹਾਡੇ ਇਹ ਸਵਾਲ ਦੁਆਰਾ ਮੀਡੀਆ ਵਾਲਿਆਂ ਦੇ ਆ ਰਹੇ ਆ, ਅੱਜ ਵੀ ਉਸ ਦਿਨ 16 ਸੈਕਟਰ ਪ੍ਰੈਸ ਕਾਨਫਰੰਸ ਕੀਤੀ ਉੱਥੇ ਵੀ ਇਹ ਸਵਾਲ ਹੈ, ਅਖਬਾਰਾਂ 'ਚ ਖਬਰਾਂ ਵੀ ਇਹ ਲੱਗਦੇ ਰਹਿੰਦੀਆਂ, ਵਿਰੋਧੀ ਧਿਰ ਇੱਕ ਦੂਜੇ ਨੂੰ ਕਹਿਣ ਲੱਗੇ ਤੁਹਾਡਾ ਫਲਾਣ ਲੀਡਰ ਕਰਾ ਵੀ, ਉਹ ਕਹਿਣ ਲੱਗੇ ਫਲਾਣ ਲੀਡਰ ਕਰਾ ਵੀ, ਇਹ ਮਤਲਬ ਜਿਹੜਾ ਉਹਨਾਂ ਦਾ ਕਿਤੇ ਨਾ ਕਿਤੇ ਮਕਸਦ ਸੀ ਉਹਦੇ ਵਿੱਚ ਉਹ ਕਾਮਯਾਬ ਹੁੰਦੇ ਜਾ ਰਹੇ ਆ, ਅਸਲੀ ਮੁੱਦੇ ਤੋਂ ਲੋਕਾਂ ਨੂੰ ਭਟਕਾ ਰਹੇ।